ਤੁਹਾਨੂੰ ਦੱਸਾਂ, ਮੈਂ ਇਹ ਕਮ ਸੇ ਕਮ ਸੜਕ ਟੁੱਟੀ ਨੂੰ 7-8 ਸਾਲ ਹੋ ਗਏ ਨੇ, ਤਾਂ ਪਿੱਛੇ 1 ਸਾਲ ਤਾਂ ਵਾਂਗੂ ਇਹ ਰੋੜੇ ਪਏ ਨੂੰ ਵੀ ਹੋ ਗਏ ਨੇ, ਪਰ ਇਹ ਸੜਕਾਂ ਵੱਲ ਕੋਈ ਸਰਕਾਰ ਦਾ ਧਿਆਨ ਨਹੀਂ। ਅਤੇ ਇਹ ਸਰਕਾਰ ਜਿਹੜੀ ਹੈ, ਇਹ ਗੁਰੂ ਘਰ ਇੱਥੇ ਕੁਰਾਲੀ ਸਾਹਿਬ ਹੈ, 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਇੱਥੇ। ਇਹ ਬਹੁਤ ਜ਼ਿਆਦਾ ਸੜਕ ਚੱਲਦੀ ਹੈ, ਇੱਥੋਂ ਪਟਿਆਲੇ ਨੂੰ ਜਾਂਦੀ ਹੈ ਡਕਾਲਾ ਹੋ ਕੇ, ਤਾਂ ਇਹ ਸੜਕ ਦੇ ਉੱਤੇ ਛੇਤੀ ਪ੍ਰੀਅਮ ਪੈਣਾ ਚਾਹੀਦਾ। ਇਹ ਸਰਕਾਰ ਨੂੰ ਜਿਵੇਂ ਅੱਖਾਂ ਸੁੱਤੀ ਪਈ ਹੈ, ਤਾਂ ਉਵੇਂ ਹੀ ਇਹ ਛੇਤੀ ਤੋਂ ਛੇਤੀ ਹੈ। ਅਤੇ ਸੰਗਤ ਸਿੰਘ ਕੀ ਅੱਖਾਂ ਸੁੱਤੀ ਹੈ, ਲੋਕ ਪਰੇਸ਼ਾਨ ਹੈ, ਗੁਰਦੁਆਰਾ ਸਾਹਿਬ ਜਾਣਾ, ਹਰਿਆਣੇ ਤੋਂ ਕੁਰਕਸ਼ੇਤਰ ਕਰਨਾਲ ਤੱਕ ਲੋਕ ਇੱਥੇ ਸੰਗਤਾਂ ਗੁਰਦੁਆਰਾ ਸਾਹਿਬ ਆਉਂਦੇ। ਕੀ ਨਾਮ ਹੈ ਤੁਹਾਡਾ? ਰਣਜੀਤ ਸਿੰਘ ਜਾਫਰ। ਰਣਜੀਤ ਸਿੰਘ ਜੀ, ਹੁਣ ਸੀਜ਼ਨ ਸ਼ੁਰੂ ਹੋਇਆ ਝੋਨੇ ਦਾ, ਔਰ ਬਾਕੀ ਗੁਰਦੁਆਰਾ ਇਤਿਹਾਸਿਕ ਹੈ। ਹਾਂਜੀ, ਇਤਿਹਾਸਿਕ ਗੁਰਦੁਆਰਾ ਜੀ, ਬਹੁਤ ਬੁਰਾ ਹਾਲ ਹੈ ਜੀ ਉਰੇ, ਇਹ ਸੜਕ ਦਾ 8 ਮਹੀਨੇ ਤੋਂ ਉੱਪਰ ਹੋ ਗਏ ਜੀ, ਕੋਈ ਮਤਲਬ ਸਾਰੇ ਨਹੀਂ ਲੈ ਰਿਹਾ ਜੀ ਗੁਰਦੁਆਰੇ ਕਰਕੇ। ਅੱਜ ਉੱਪਰੋਂ ਸੀਜ਼ਨ ਆ ਗਿਆ ਜੀ ਝੋਨੇ ਦਾ, ਟਰਾਲੀਆਂ ਵੀ ਲੰਘਣੀਆਂ ਜੀ ਭਰੀਆਂ ਹੋਈਆਂ, ਗੱਡੀਆਂ ਵੀ ਲੰਘਣੀਆਂ ਨੇ ਜੀ, ਬਹੁਤ ਦੁਨੀਆ ਮੱਥਾ ਟੇਕਣ ਆਉਂਦੀ ਹੈ, ਦੁਨੀਆ ਮੱਥਾ ਟੇਕਣ ਆਉਂਦੀ ਹੈ ਗੁਰੂ ਘਰ ਦੇ ਵਿੱਚ। ਹਾਂਜੀ ਸਰਪੰਚ ਸਾਹਿਬ, ਤੁਸੀਂ ਕਿਆ ਕਹੋਗੇ, ਕੀ ਹਾਲਾਤ ਹੈ? ਅਸੀਂ ਦਿਆਨੇ ਆ ਵੀ ਸਰਕਾਰਾਂ ਤੇ ਦਫਾ ਹੋ ਗਈਆਂ ਨੇ, ਸਰਕਾਰਾਂ ਦੇ ਪੱਲੇ ਹੀ ਕੱਖ ਨਹੀਂ ਰਿਹਾ। ਸਾਡੇ ਇੱਥੇ ਏਡਾ ਭਾਗਾ ਵਾਲਾ, ਅਸੀਂ ਸਾਡਾ ਮਤਲਬ ਇਲਾਕਾ ਹੈ, ਇੱਥੇ 9ਵੀਂ ਤੇ 6ਵੀਂ ਪਾਤਸ਼ਾਹੀ ਆਏ ਨੇ, ਅਤੇ ਸਾਡਾ ਏਡਾ ਬੁਰਾ ਹਾਲ ਹੈ। ਜਨਾਨੀਆਂ ਬੀਬੀਆਂ ਕੋਈ ਮੋਟਰਸਾਈਕਲ ਟਰੈਕਟਰ ਵਾਲਾ ਕਾਰਾਂ ਲਾਲਾ ਦੁਖੀ ਹੋਏ ਨੇ, ਇਹਨੂੰ ਘੱਟੋ ਘੱਟ ਮਿਸ ਕਿਉਂ ਨਹੀਂ ਪਾ ਰਹੇ ਇਸ 'ਤੇ? ਇਹ ਤਾਂ ਪਤਾ ਨਹੀਂ ਜੀ ਸਰਕਾਰਾਂ ਦਾ, ਹੁਣ ਕੀ ਸਰਕਾਰ ਠੇਕੇਦਾਰ ਨੂੰ ਪੈਸੇ ਨਹੀਂ ਦਿੰਦੀ ਕਿ ਕੀ ਨਹੀਂ ਕਰਦੀ? ਸਰਕਾਰਾਂ ਦਾ ਠੇਕੇਦਾਰਾਂ ਦਾ ਕੰਮ ਹੈ, ਟੁੱਟੀ ਨੂੰ 2 ਸਾਲ ਹੋ ਗਏ ਨੇ ਅਤੇ 8 ਮਹੀਨੇ 10 ਹੋ ਗਏ ਨੇ, ਅੱਜ ਰੋੜਾ ਪਾਏ ਨੂੰ ਉਦੋਂ ਭੈੜਾ ਰੋੜਾ ਪਾਏ ਵੀ 10 ਮਹੀਨੇ ਹੋ ਗਏ, ਕਿੰਨੀ ਮੁਸ਼ਕਿਲ ਆ ਰਹੀ ਹੈ ਲੋਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਆ ਚੀਕਾ ਰੋਡ ਤੋਂ ਲੈ ਕੇ ਡਕਾਲੇ ਤੱਕ 9-10 ਸਾਲਾਂ ਤੋਂ ਸੜਕੇ ਟੁੱਟੀ ਹੋਈ ਸੀ, ਜੇ ਹੁਣ ਇਹਦੇ 'ਤੇ ਰੋੜਾ ਪਿਆ ਹੀ ਪਿਆ ਹੈ ਅਤੇ ਇਹਦੇ 'ਤੇ ਹੁਣ ਲੁੱਕ ਨਹੀਂ ਪੈ ਰਹੀ। ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੁਰਾਲੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਰਨ ਛੋਹ ਪ੍ਰਾਪਤ ਧਰਤੀ ਹੈ, ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਦਿੱਲੀ ਤੱਕ, ਕਿਤੇ ਉਹਦੀਆਂ ਬੜੀ ਬੜੀ ਦੂਰ ਤੋਂ ਪੰਜਾਬ ਦੇ ਵਿੱਚੋਂ ਇੱਥੇ ਹਜ਼ਾਰਾਂ ਤੱਕ ਸੰਗਤਾਂ ਆਉਂਦੀਆਂ ਨੇ। ਆਏ ਐਤਵਾਰ 4 ਐਤਵਾਰ ਇੱਥੇ ਸੰਗਤ ਆਉਂਦੀ ਆ, ਅਤੇ ਪੈਂਚਵੀਂ ਵੀ ਹੁਣ ਭਰਨੀ ਕਰਨੀ ਹੈ, ਅਤੇ ਉਹ ਇਹ ਸੰਗਤ ਨੂੰ ਚਾਹੀਦਾ ਇੱਥੇ ਆਉਣਾ। ਸੰਗਤ ਆਉਂਦੀ ਹੈ ਪਰ ਸਰਕਾਰ ਅਫਸਰ ਕੀ ਕਹਿ ਰਹੇ ਤੁਹਾਨੂੰ ਕੋਈ ਬਣਾ ਕੇ? ਅਫਸਰ ਇਹ ਕਹਿੰਦੇ ਸਨ ਅਸੀਂ ਮਹੀਨੇ ਦੇ ਵਿੱਚ ਵਿੱਚ ਬਣਾ ਦਿਆਂਗੇ, ਲੁੱਕ ਪਾ ਦਿਆਂਗੇ। ਕੁਰਾਲੀ ਸਾਹਿਬ ਜੋ SDO ਉਹ ਆਇਆ ਸੀ, ਮੰਤਰੀ ਸਾਹਿਬ ਨੂੰ ਵੀ ਕਿਹਾ ਸੀ, ਉਹ ਵੀ ਕਹਿੰਦੇ ਹਨ ਛੇਤੀ ਤੋਂ ਛੇਤੀ ਬਣਾਵਾਂਗੇ। ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ, ਕਿਉਂਕਿ ਅਸੀਂ ਤਾਂ ਬੇਨਤੀਆਂ ਕਰਨੀਆਂ ਨੇ, ਜੇ ਨਹੀਂ ਕਰੋਗੇ ਤਾਂ ਫਿਰ ਅਸੀਂ ਧਰਨਾ ਲਾਵਾਂਗੇ ਇੱਥੇ, ਜੇ ਇਹਦੇ 'ਤੇ ਅਸਰ ਨਹੀਂ ਕਰੋਗੇ। 5-7 ਦਿਨਾਂ ਦਾ ਟਾਈਮ ਦਿੰਦੇ ਹਾਂ, ਜੇ ਨਹੀਂ ਇਹ ਲੁੱਕ ਪੈਂਦੀ ਬਜਰੀ ਪੈਂਦੀ ਬਰੀਕ ਤਾਂ ਇਸ ਸੜਕ 'ਤੇ ਧਰਨਾ ਲਾਵਾਂਗੇ। ਅਸੀਂ ਇਹ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਹਾਂ, ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਹਾਂ, ਕਿਉਂਕਿ ਧਰਨਾ ਲਾਏ ਬਗੈਰ ਤੁਸੀਂ ਕੰਮ ਨਹੀਂ ਸਾਡਾ ਕਰਨਾ।